श्रोमणी गुरुद्वारा प्रबंधक कमेटी दफ्तर विखे सिख बुद्धिजीवियों नाल प्रधान बीबी जगीर कौर जी वालों विशेष एकत्रता की गई। इस मौके बीबी जगीर कौर जी ने दसिया कि नवें पातशाह जी के 400 साल प्रकाश दिहाड़े नूं समर्पित सिख नौजवानों नूं मुकाबला प्रीख्यावां लई तैयार करन वास्ते केंद्र खोलन की योजना बनाई गई है। ਇਹ ਕੇਂਦਰ IAS, IPS ਅਤੇ PCS ਆਦਿ ਪ੍ਰੀਖਿਆਵਾਂ ਦੇ ਲਈ ਸਿੱਖ ਵਿਦਿਆਰਥੀਆਂ ਨੂੰ ਤਿਆਰ ਕਰਨਗੇ। IAS, IPS, PCS ਦੀ ਗੱਲ ਆਈ ਹੈ, ਇਹ ਬਿਲਕੁਲ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਨਾ ਤਾਂ ਕਿਸੇ ਆਫਿਸਰ ਦੀ ਚੇਅਰ ਦੇ ਉੱਤੇ ਅੱਜ ਪੰਜਾਬੀ ਜਾਂ ਸਿੱਖ ਜਿਹੜਾ ਉੱਥੇ ਨਜ਼ਰ ਆਉਂਦਾ, ਬਹੁਤ ਘੱਟ ਨਜ਼ਰ ਆਉਂਦੀ। ਜੇ ਆਉਂਦੇ ਵੀ ਹੈ ਬਹੁਤ ਘੱਟ ਆਉਂਦੇ, ਜੇ ਆਉਂਦੇ ਵੀ ਹੈ ਤਾਂ ਸ਼ਾਇਦ ਸਿਧਾਂਤਿਕ ਅਤੇ ਸਿੱਖ ਸੋਚ ਦੀ ਪਹਿਰੇਦਾਰੀ ਵਾਲੇ ਨਾ ਆਉਂਦੇ ਹੋਣ। ਇਹ ਸਾਡੀ ਵੀ ਚਿੰਤਾ। ਮੈਂ ਜਦੋਂ ਪਹਿਲਾਂ ਵੀ ਪ੍ਰਧਾਨ ਬਣੀ ਸੀ ਉਸ ਵੇਲੇ ਵੀ ਮੈਂ ਐਲਾਨ ਕੀਤਾ ਸੀ ਅਤੇ ਤਿਆਰੀ ਕੱਲ੍ਹ ਕੀਤਾ ਨਿਵਾਸ ਵਿੱਚ ਅਸੀਂ ਸ਼ੁਰੂ ਕੀਤੀ ਸੀ। ਡਾਇਰੈਕਟੋਰੇਟ ਬਣਿਆ, ਉਹ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਬਣਾਈ ਇਸੇ ਲਈ ਸੀ ਕਿ ਅਸੀਂ ਉਹਦੇ ਵਿੱਚੋਂ ਸਿੱਖ ਸੋਚ ਵਾਲੇ ਅਫਸਰ ਪੈਦਾ ਕਰ ਸਕੀਏ, ਸਿੱਖ ਸਿਧਾਂਤ ਦੀ ਪਹਿਰੇਦਾਰੀ ਵਾਲੇ ਅਫਸਰ ਪੈਦਾ ਕਰ ਸਕੀਏ। ਲੇਕਿਨ ਜਦੋਂ ਉਸ ਤੋਂ ਬਾਅਦ ਉਹ ਥੋੜ੍ਹਾ ਜਿਹਾ ਟਰੈਕ ਚੇਂਜ ਹੋ ਗਿਆ, ਹੁਣ ਫਿਰ ਅਸੀਂ ਉਸ ਲਈ ਤੇ ਲਿਆਉਣ ਵਾਸਤੇ ਤਿਆਰੀ ਕਰ ਰਹੇ ਹਾਂ। ਤੁਹਾਡੀ ਖੁਸ਼ਕਿਸਮਤੀ, ਤੁਹਾਡੀ ਖੁਸ਼ਖਬਰੀ ਵਾਸਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਜਿਹੜਾ ਖਿਆਲ ਹੈ ਕਿ ਅਸੀਂ ਸਿੱਖ ਅਫਸਰ ਪੈਦਾ ਕਰੀਏ, ਇਹਦੀ ਤਿਆਰੀ ਤਕਰੀਬਨ ਸਾਡੀ ਚੱਲ ਰਹੀ ਹੈ।